ਸਤਿ ਸ਼੍ਰੀ ਅਕਾਲ ਜੀ, ਸੰਧੂ ਡੇਅਰੀ ਫਾਰਮ ਤੇ ਤੁਹਾਡਾ ਸਵਾਗਤ ਹੈ। ਪਿੰਡ ਖੜਿਆ ਕਾਨਗੜ, ਜ਼ਿਲ੍ਹਾ ਮਾਨਸਾ। ਲੈ ਦੱਸਦਾ ਸ਼ੁਰੂ ਕਰਦਾ ਵੀ 28 ਜੁਲਾਈ ਨੂੰ ਆਪਣੀ ਪਿਛਲੀ ਵਾਰ ਇਸ ਮੱਝ ਦੀ ਵੀਡੀਓ ਬਣਦੀ ਹੈ ਇਸ ਘਰੋਂ, ਤੇ ਵਿਕ ਕੇ ਜਾਂਦੀ ਆ ਆਪਣਾ ਬਾਜਾ ਖਾਨੇ ਪਿੰਡ ਦੇ ਨੇੜੇ ਰਣ ਸਿੰਘ ਵਾਲਾ, ਤੇ ਆਪਣਾ ਮਹਿੰਗਾ ਸਿੰਘ ਸੂਬੇਦਾਰ ਖਰੀਦ ਕੇ ਇਹਨੂੰ ਦਿੰਦੇ ਆ ਆਪਣੇ ਆਪਣੇ ਮਿੱਤਰ ਚਾਰੇ ਜਾ, ਹੈ ਨਾ। ਤੇ ਉਦੋਂ ਮੱਝ ਦੁੱਧ ਕੱਢਦੀ ਹੈ 16-17 ਦੇ ਕਰੀਬ ਤਿਆਰ ਦੁੱਧ। ਤੇ ਫਿਰ ਬਾਈ ਰਾਜੂ ਅਗਲੇ ਸੂਏ ਦੇਖੋ, ਮੱਝ ਦੀ ਦੇਖੋ ਕੁਆਲਿਟੀ ਦੇਖੋ ਕਿਵੇਂ ਖਾਸ। ਮੈਂ ਕਹਿੰਦਾ ਮੈਂ ਵੀ ਦੇਖੋ, ਪਿਛਲੀ ਵਾਰ 28 ਜੁਲਾਈ ਨੂੰ ਵੀਡੀਓ ਬਣਦੀ ਆ, ਹੁਣ 4 ਅਗਸਤ ਹੋਈ ਹੈ, ਹੈ ਨਾ। ਹੁਣ ਵੀ 10-12 ਦਿਨਾਂ ਦੀ ਸੂਈ ਹੋਈ ਹੋਗੀ, ਉਦੋਂ ਵੀ 10-12 ਦਿਨਾਂ ਦੀ ਸੂਈ ਹੋਈ ਸੀ। ਮੇਨ ਇੱਕ ਸਾਲ 'ਚ ਦੁਬਾਰੇ ਮੈਂ ਦੇਖੋ ਦੁਬਾਰੇ ਸੂ ਕੇ ਤਿਆਰ ਦੁੱਧ ਫਿਰ ਹੁਣ ਰੇੜੀ ਆ। ਉਦੋਂ ਪਿਛਲੇ ਸੂਏ ਸੂੰਦੀ ਆ ਤਾਂ ਦੂਜਾ ਸੂਆ ਹੁੰਦਾ, ਤਾਂ ਹੁਣ ਦੇਖੋ 1 ਸਾਲ ਹੋ ਗਿਆ ਤਾਂ ਇਸ ਕੀ 3ਵੀਂ ਵਾਰ ਸੂਈ ਆ। ਤੇ ਹੁਣ ਵੀ ਪੁੱਛਾਂਗੇ ਦੁੱਧ ਵੀ ਕਿੰਨਾ ਦੁੱਧ ਰੇੜੀ ਕਰਿਆ ਆਪਣਾ। ਜੇ ਮੈਂ ਕਹਿੰਦਾ ਵੀ ਉਦੋਂ ਨਵਾਂ ਕੰਮ ਦੀ ਵੀਡੀਓ ਬਣਾਉਣ ਦਾ, ਜੇ ਮੈਂ ਕਹਿੰਦਾ ਵੀ ਘਰਾਂ 'ਚੋਂ ਵੀਡੀਓ ਬਣਾਉਣ ਦਾ ਸਿਸਟਮ ਸੀਗਾ, ਤਾਂ ਪਹਿਲੀ ਵੀਡੀਓ ਘਰਾਂ 'ਚੋਂ ਤਾਂ ਬਾਈ ਰਾਜੂ ਦੀ ਬਣਾਈ ਸੀ, ਹੈ ਨਾ। ਤੇ ਕਿਉਂ ਮੰਡੀਆਂ ਦੇ ਅਕਸਰ ਉਦੋਂ ਵੀ 1 ਮਹੀਨੇ ਕੁ ਪਹਿਲੇ ਲੱਗੇ ਤੇ, ਹੈ ਨਾ। ਫਿਰ ਇੱਥੋਂ ਸ਼ੁਰੂ ਕਰਿਆ ਤੇ ਮੈਂ ਵੀ ਟੌਪ ਦੀ ਨਿਕਲੀ। ਤੇ ਉਦੋਂ ਤੁਸੀਂ ਮੈਨੂੰ ਪਿਛਲੀ ਵੀਡੀਓ ਕੱਢ ਕੇ ਦੇਖ ਲਿਓ ਬਾਈ ਦੀ ਸਾਨ ਪੁਰਾਣੀ, ਤੇ ਉਦੋਂ ਚੱਲ ਹੌਲੀ ਹੌਲੀ ਐਕਸਪੀਰੀਅੰਸ ਹੋ ਜਾਂਦਾ, ਹੈ ਨਾ। ਉਦੋਂ ਬੋਲਣ ਦਾ ਢੰਗ ਵੀ ਥੋੜ੍ਹਾ ਹੋਰ ਹੋਊਗਾ, ਲਹਿਜਾ ਵੀ ਥੋੜ੍ਹੀ ਥੋੜ੍ਹੀ ਹੁੰਦੀ ਆ ਯਾਰ, ਹੈ ਨਾ, ਬਣਦੀ ਆ ਗੱਲ। ਤੇ ਅੱਜ ਬਾਈ ਨੂੰ ਆਪਾਂ ਪੁੱਛਾਂਗੇ ਵੀ ਹੁਣ ਦੁੱਧ ਕਿੰਨਾ ਮੌਕੇ ਤੇ ਰੇੜੀ। ਇਸ ਵਾਰ ਤੀਜੇ ਸੂਏ ਸੂਈ ਆ, ਪਿਛਲੀ ਵਾਰੀ ਦੂਜੇ ਸੂਏ ਸੀਗੀ, ਕਾਫੀ ਚਰਚਾ ਹੋਈ ਸੀ ਇਹ। ਮੈਂ ਵੀ ਆਪਣੇ ਏਰੀਏ 'ਚ ਵੀ ਕਹਿ ਲਓ ਤੇ ਯੂਟਿਊਬ ਤੇ ਖਰੀਦਣ ਵਾਲਿਆਂ ਦਾ ਵੀ ਕਹਿ ਲਓ, ਕਾਫੀ ਫੋਨ ਵੀ ਬਾਲਾ ਦਿਨ ਬਿਜੀ ਰਿਹਾ ਬਾਈ ਦਾ। ਤੇ ਮੈਂ ਫਿਰ ਬਾਈ ਵਪਾਰ ਵੀ ਕਰਨ ਲੱਗਾ, ਦਾਦਾ ਕਈ ਝੋਟੀਆਂ ਨੇ ਚੰਗੀਆਂ ਚੰਗੀਆਂ ਲਿਆ ਕੇ ਵੇਚੀਆਂ ਵੀ। ਆਇਆ ਬਾਈ ਰਾਜੂ, ਬਾਕੀ ਆਪਾਂ ਬਾਈ ਰਾਜੂ ਨਾਲ ਕਰਵਾਉਂਦੇ ਹਾਂ ਗੱਲਬਾਤ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਵੀਰੇ, ਚੈਨਲ ਦੇਖਣ ਵਾਲੇ ਵੀਰਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਰੇ। ਜਿਹੜੀ ਮੱਝ ਨੇ ਤੇਰੀ ਪਛਾਣ ਬਣਾਈ, ਦੁਬਾਰਾ ਫੇਰ ਆਪਣੇ ਘਰੇ ਆ ਗਈ ਹੈ ਬਾਈ। ਮਸਾਂ ਲਿਆ ਮੱਝ, ਠੀਕ ਹੈ ਜੀ, ਰੱਬ ਦਾ ਨਾਂ ਦੁਬਾਰੇ। ਪਰ ਹੁਣ ਥੋੜੀ ਜਿਹੀ ਮਜਬੂਰੀ ਹੋ ਗਈ ਵੀਰੇ, ਮਜਬੂਰੀ ਕਿਉਂਕਿ ਆ ਪਾਣੀ ਨੇ ਜਿੱਥੇ ਲਿਆਂਦੀ ਵਿਚਾਰੀ ਪਿਛਲੇ ਤੋਂ ਅੱਜ ਤੋਂ 15 ਦਿਨ ਹੋ ਗਏ ਲੱਗਦਾ, ਠੀਕ ਆ। ਉਹ ਪਾਣੀ ਆ ਗਿਆ ਜੀ, ਜ਼ਰੂਰੀ ਡੁੱਬ ਗਈ ਇੰਨੀ ਵੀਰੇ, ਕਹਿ ਰਹੇ ਵਿੱਚ ਦੀ ਬੁਖਾਰ ਚੜ ਗਿਆ ਜੀ। ਮੱਝਾਂ ਐਂ ਮੰਨ ਲੈ 7-8 ਦਿਨ ਤਿਆਰ ਸੀ ਬਾਈ, ਠੀਕ ਆ। ਬੁਖਾਰ ਨੇ ਤੋੜ ਦਿੱਤੀ ਦੁਬਾਰੇ, ਹੁਣ ਦੁਬਾਰੇ ਸੈੱਟ ਹੋ ਗਈ। ਹੁਣ ਕਿੰਨੇ ਦਿਨ ਹੋ ਗਏ ਸੂਈ ਨੂੰ? ਸੂਈ ਨੂੰ ਅੱਜ ਬਾਈ 14ਵਾਂ ਦਿਨ। ਹੁਣ 14 ਦਿਨ ਹੋ ਗਏ ਸੂਈ, 14 ਦਿਨ ਸੂਈ ਨੂੰ ਹੋ ਗਏ, ਕਿੰਨਾ ਦੁੱਧ ਰੇੜੀ ਬਾਈ? ਦੁੱਧ ਦਾ ਫਾਲਤੂ ਆਪਾਂ ਕਹਿੰਦਾ 17 ਕਿਲੋ ਦੁੱਧ ਕੰਡੇ ਵਾਲਾ, ਕੰਡੇ ਦੀ ਤਰਤ ਹੁਣ ਰੇੜੀ ਆ। ਇੱਕ ਗੱਲ ਹੋਰ ਦੱਸਦਾ, ਪਿਛਲੇ ਸੂਏ ਕੱਟਾ ਦੀ ਇਸ ਵਾਰ ਕੱਟੀ ਹੈ? ABC ਸੀਮਨ ਦੀ ਕੱਟੀ ਹੈ ਬਾਈ, ਬਸ ਡਾਕਟਰ ਨੂੰ ਡਾਊਟ ਇਹ ਹੈ ਭੀਮ ਦੀ ਹੈ ਜਾਂ ਭੀਸਮਾਂ ਦੀ ਹੈ, ਠੀਕ ਹੈ। ਡਾਕਟਰ ਕਹਿੰਦਾ ਹੈ ABC ਸੀਮਨ ਦੀ, ਭੀਸਮਾਂ ਦੀ ਹੈ ਤੇ ਜਾਂ ਭੀਮ ਦੀ ਹੈ, ਦੋਨਾਂ ਚੋਂ ਇੱਕ ਦੀ ਆਂਦਰ ਵਾਲਿਆਂ ਦੀ ਬਾਈ। ਇੱਕ ਚੀਜ਼ ਹੈਗੀ ਆ, ਸੂਆ ਜੇ ਜ਼ਰੂਰ ਤੀਸਰਾ ਹੋ ਗਈ, ਪਰ ਯਾਰ ਮੈਂ ਨੇ ਲੇਵੇ ਵਾਲੀ ਤੁਸੀਂ ਪਿਛਲੀ ਵੀਡੀਓ ਵੀ ਕੱਢ ਕੇ ਦੇਖ ਲਿਓ ਆਪਣੇ ਚੈਨਲ ਤੇ। ਇਸ ਵਾਰ ਤਿਆਰੀ ਥੋੜੀ ਜ਼ਿਆਦੇ ਹੈ, ਹੈ ਨਾ। ਤਿਆਰੀ ਵੀਰੇ ਆਏ ਹੈ, ਮੈਂ ਤਾਂ ਉਹ ਕਹਿੰਦੇ ਮੇਰੇ ਕਨੀ ਉਹ ਘੱਟ ਰਹਿ ਗਈ ਬਾਈ, ਠੀਕ ਹੈ, ਕਿਉਂਕਿ ਦੇਖ ਰੇਖ 'ਚ ਫਰਕ ਪੈਂਦਾ ਜਦੋਂ ਜੀ ਖੇਤ ਪਾਣੀ, ਹਲੇ ਵੀ ਪਾਣੀ ਸੁੱਕਿਆ ਨਹੀਂ ਵੀਰੇ, ਠੀਕ ਹੈ। ਹਲੇ ਵੀ ਮੈਨੂੰ ਲੱਗਦਾ ਨਹੀਂ ਕਿ 10 ਦਿਨ ਪਾਣੀ ਸੁੱਕੂ, ਉਦੋਂ ਪਾਣੀ ਪੀਂਦੀ ਨਹੀਂ ਬਣ, ਠੀਕ ਹੈ। 2-2.5 ਫੁੱਟ ਪਾਣੀ ਹਲੇ ਵੀ ਵੀਰੇ ਖੜਿਆ, ਠੀਕ ਹੈ। ਇਹ ਕਾਰਨ ਤੈਨੂੰ ਪਤਾ, ਜਿੰਨਾ ਚਿਰ ਹੱਥ ਸਫਾਈ ਨਹੀਂ ਹੈਗੀ, ਫਾਲਤੂ ਚੀਜ਼ ਆਪਾਂ ਨੇ ਬਾਈ ਕੋਈ ਵੀ ਇਹਨੂੰ ਪਾਈ ਨਹੀਂ ਤੇ ਨਾ ਪਾਈ ਹੈ। ਆਪਾਂ ਗੱਲ ਕਰਦੇ ਹਾਂ ਵੀ ਕੋਈ ਡਾਕਟਰੀ ਉਹਦਾ ਕਹਿੰਦੇ ਨਾ, ਠੀਕ ਹੈ, ਪਰ ਇਹਦੇ ਜਿੰਨੀ ਸੀਲ, ਇਹਦੇ ਜਿੰਨੀ ਉਹ, ਦੂਜਾ ਬਈਆ ਕੱਟੀ ਦੀ ਖੈਰ, ਹਾਂ ਦਿਖਾ ਦੇ, ਠੀਕ ਹੈ, ਇਹ ਕੱਟੀ ਆ। ਮਜਬੂਰੀ ਹੋ ਜਾਂਦੀ ਹੈ ਪਾਣੀ ਦੀ ਮਾਰੇ ਬਾਈ, 2 ਝੋਟੀਆਂ ਮੇਰੇ ਨਾਨਕੇ ਭੇਜ ਰੱਖੀਆਂ ਤੈਨੂੰ ਮੈਂ ਸਹੀ ਗੱਲ ਦੱਸਾਂ। ਤਿਆਰੀ ਤਿਆਰੀ ਨਾ, ਜੇ ਮੈਂ ਲੇਵੇ ਪੱਖੋਂ ਵੀ ਦਿਖਾ ਦੇ, ਦੁੱਧ ਵੀਰੇ ਹੁਣ ਵੀ ਜਾਊਗੀ, ਠੀਕ ਆ। ਬਸ ਮੇਰੀ ਮਜਬੂਰੀ ਆ ਬਾਈ, ਉਹ ਨਰਮੇ ਨੁਰਮੇ ਕਨੀ ਮੰਨ ਲੈ, ਉਹ ਲਿਆਣੀ ਆ ਮੈਨੇ 2 ਮੈਸਾਂ, ਤਾਂ ਕਰਕੇ ਮੈਂ ਦਰਦ ਕਰ, ਠੀਕ ਹੈ ਠੀਕ ਆ। ਦੇ ਘਰੇ ਜਾ ਕੇ ਸਮਝੇ, ਤਿਆਰੀ ਨਾ ਲੇਵੇ ਪੱਖੋਂ ਇਸ ਵਾਰੀ ਜ਼ਿਆਦੇ ਲੱਗਦੀ ਆ। ਤੇ ਬਾਕੀ ਕਹਿ ਲਈਏ ਵੀ ਥਣ ਥਨੋਟ ਧਾਰ ਧੂਰ ਸਾਰੀ ਗੱਲਬਾਤ ਓਕੇ ਬਾਕੀ, ਹਾਂ ਹਾਂ। ਉਹ ਬੰਦੇ ਵੀ ਯਾਰ ਪਿਛਲੀ ਵਾਰੀ ਜਿਹੜੇ ਘਰੇ ਆ ਕੇ ਖਰੀਦ ਕੇ ਲੈ ਕੇ ਗਏ ਸੀ, ਤੇ ਆਪਾਂ ਨੇ ਉਹਨਾਂ ਦੀ ਵੀਡੀਓ ਵੀ ਬਣਾਈ ਸੀ ਜਦੋਂ ਲੈ ਕੇ ਗਈ ਸੀ, ਹੈ ਨਾ। ਉਹ ਆਹ ਦੇਖੋ, ਆਹ ਦੇਖੋ ਕੀ ਗੱਲਬਾਤ ਆ, ਹੈ ਨਾ। ਤਿਆਰੀ ਬਹੁਤ ਜ਼ਿਆਦੇ,
ਹੁਣ ਦੁੱਧ ਬਾਈ ਕਹਿੰਦਾ 17 ਕਿਲੋ ਕੰਡੇ ਵਾਲਾ ਦੁੱਧ ਹੁਣ ਰੇੜੀ ਆ ਤੇ ਮਾਰਨ ਦਾ ਕੋਈ ਫਾਇਦਾ ਨਹੀਂ ਬਾਈ ਕਿਉਂਕਿ ਇਸ ਤਾਂ ਬੜੀ ਮੁਸ਼ਕਲ ਆ ਦਿੰਦੇ ਨਾ ਅੱਧਾ ਕਿੱਲਾ ਮੱਕੀ ਦਾ ਵੀ ਨੇ ਬੀਜਿਆ ਹੋਇਆ ਸ਼ੌਂਕ ਨਾਲ ਠੀਕ ਆ ਠੀਕ ਹੈ ਠੀਕ ਹੈ ਠੀਕ ਆ ਚੱਲੇ ਮੇਰੇ ਦਾ ਰਿਕਾਰਡ ਤੋੜੇ ਪਏ ਆ ਬਾਈ ਐਡਾ ਲੈਵਲ ਨਹੀਂ ਮਿਲਦਾ ਬਾਈ ਮੈਸੇਜ ਹਾਂ ਗੱਲਾਂ ਕਰੀ ਜਾਂਦੀ ਹੈ ਦੁਨੀਆ ਨਹੀਂ ਮਿਲਦਾ ਬਾਈ ਫੰਟ ਹੈ ਬਾਈ ਨਹੀਂ ਮਿਲਦਾ ਸਹੀ ਗੱਲ ਆ ਬਾਈ ਐ ਤੇਰੇ ਨਾਲ ਇਹਨੂੰ ਪੁੱਛ ਲੈ ਤੀਜਾ ਬੰਦਾ ਦੱਸ ਹਾਂ ਨਹੀਂ ਮਿਲਦਾ ਆ ਬਾਈ ਤੇ ਨਹੀਂ ਕੋਈ ਗੱਲ ਨਹੀਂ ਇਹਦਾ ਦੇ ਕੇ ਰੱਖੀ ਆ ਤੇ ਫਿਰ ਹੁਣ ਚਵਾਈ ਕਰਨੀ ਹੈ ਚਵਾਈ ਕਰ ਦੇਣੀ ਹਾਂ ਛੱਡੋ ਬੱਚਾ ਜੀ ਆਪਾਂ ਤੁਹਾਨੂੰ ਕੇਰਾ ਤੋੜ ਕੇ ਕੰਡੇ ਲਾ ਕੇ ਵੀ ਦਿਖਾ ਦਾਂਗੇ ਬਾਕੀ ਗੱਲ ਤੁਸੀਂ ਤਸੱਲੀ ਤੁਸੀਂ ਕਰਨੀ ਹੁੰਦੀ ਆ ਹਨਾ ਕੋਈ ਚੱਕਰ ਹੀ ਨਹੀਂ ਹੈਗਾ ਬਾਈ ਆਪਾਂ ਨੂੰ ਹਾਂ ਜਿਹੜੀ ਚੀਜ਼ ਮੇਰੀ ਗੱਲ ਸੋਚ ਜੇ ਕੋਈ ਕਮੀ ਹੁੰਦੀ ਹੈ ਕੋਈ ਮੋੜ ਕੇ ਡੰਗਰ ਲਿਆਂਦਾ ਠੀਕ ਹੈ ਠੀਕ ਹੈ ਤੂੰ ਮੈਨੂੰ ਐਂ ਦੱਸ ਆਪਾਂ ਵਪਾਰ ਕਰਦੇ ਆ ਤੂੰ ਵੀ ਕਰਦਾ ਹੈ ਹਾਂ ਜਿਹੜੀ ਚੀਜ਼ ਤੇ ਭਰੋਸਾ ਹੋਵੇ ਬੰਦਾ ਉਸੇ ਨੂੰ ਮੋੜ ਕੇ ਲਿਆਂਦਾ ਹਾਂ ਨਹੀਂ ਅਗਲਾ ਕਹਿੰਦਾ ਯਾਰ ਕੇਰੀ ਮਸਾ ਵਿਕਦੀ ਆ ਹਾਂ ਇਹਦੀ ਗੱਟੀ ਖੜੀ ਹੈ ਵੀਰੇ ਠੀਕ ਹੈ ਦਿਖਾ ਇਹਦੇ ਮਾਰ ਕੇ ਅੰਦਰ ਠੀਕ ਹੈ ਠੀਕ ਹੈ ਇਹ ਪਿਛਲੇ ਸੂਏ ਦੀ ਕੱਟੀ ਆ ਪਹਿਲੇ ਸੂਏ ਦੀ ਵੀਰੇ ਇਦੋਂ ਪਿਛਲੇ ਸੂਏ ਦਾ ਕੱਟਾ 22000 ਦਾ ਵਿੱਚ ਅਗਲੇ ਨੇ 8 ਮਹੀਨੇ ਦਾ ਠੀਕ ਆ ਠੀਕ ਹੈ ਆ ਇਹਦੀ ਕੱਟੀ ਹੈ ਜੈਡ ਬਲੈਕ ਆ ਹਾਂ ਰੱਬ ਨੇ ਮਿਹਰ ਕਰੀ ਤਾਂ 2.5 ਮਹੀਨੇ ਦੀ ਗੱਬਣ ਠੀਕ ਆ ਦੋ ਦੰਦ ਹਲੇ ਤੋੜੇ ਨਹੀਂ ਠੀਕ ਆ ਇਹ 2.5 ਮਹੀਨੇ ਦੀ ਗੱਬਣ ਹੋ ਗਈ ਹਾਂ ਹਾਂ ਪੱਖੋਂ ਦੇਖ ਲੈ ਕਾਸੇ ਪੱਖੋਂ ਦੇਖ ਲੈ ਜਮਾਂ ਮਾਂ ਦੀ ਕੋਪੀ ਹੈ ਠੀਕ ਹੈ ਠੀਕ ਆ ਠੀਕ ਹੈ ਠੀਕ ਆ ਤੇ ਦੋਏ ਪਾਸੇ ਬਹਿ ਕੇ ਚੋਦਾਂਗਾ ਮੈਨੂੰ ਹੁਣ ਇੱਕ ਪਾਸੇ ਮਾਤਾ ਬਾਈ ਇੱਕ ਪਾਸੇ ਧੂ ਬਾਈ ਖੁੱਲ ਲਈ ਠੀਕ ਉਹ ਡਾਕਟਰ ਤੋਂ ਬੁਖਾਰ ਚੜ ਗਿਆ ਵੀਰੇ ਉਹ ਟੀਕੇ ਟੂਕੇ ਲਵਾਏ ਨਾ ਉਹਦੇ ਕਾਰਨ ਕੀ ਹੋ ਗਿਆ ਡਰਜੇ ਚ ਗਈ ਥੋੜੀ ਹਾਂ ਠੀਕ ਹੈ ਠੀਕ ਆ ਇਹਦੀ ਜੀ ਸਰ ਬਈ ਹੁੰਦੀ ਨਹੀਂ ਹੈਗੀ ਹਰੇਕ ਦੇ ਕਿੱਲੇ ਦੇ ਬਣੀਆਂ ਨੇ ਆਪਾਂ ਨੇ ਕੋਸ਼ਿਸ਼ ਕਰੀ ਬਈ ਹੁਣ ਮਜਬੂਰੀ ਹੋ ਗਈ ਬਈ ਆਪਾਂ ਸਿੱਧੀ ਗੱਲ ਕਹਿੰਦੇ ਆ ਨਹੀਂ ਨਹੀਂ ਠੀਕ ਹੈ ਚਲ ਹੁੰਦੀ ਹੈ ਯਾਰ ਹਰੇਕ ਬੰਦੇ ਦੀ ਕੋਸ਼ਿਸ਼ ਹੁੰਦੀ ਆ ਵੀ ਆਪਾਂ ਵੱਧ ਦੁੱਧ ਚ ਖਾਈਏ ਹਨਾ ਤੇ ਉਹ ਬਾਲਟੀ ਦਾ ਹੁਣ ਵੀ ਰੱਬ ਨੇ ਮਿਹਰ ਮਾਰੀ ਲੱਲ ਕੇ ਮਰੂ ਯਾਰ ਠੀਕ ਹੈ ਠੀਕ ਹੈ ਇੰਨੇ ਦੀ ਕੋਈ ਗੱਲ ਨਹੀਂ 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 17 ਕਿਲੋ ਵੀ ਬਹੁਤ ਆ ਗਰਮੀ ਦਾ ਟਾਈਮ ਆ ਹਨਾ ਮੱਛਰ ਕਿੰਨਾ ਵੀਰੇ 17 ਕਿਲੋ ਕੰਡੇ ਦਾ ਦੁੱਧ ਮੱਛਰ ਕਿੰਨਾ ਜੇ ਝੱਗ ਮਿੰਨੀ ਹੋਵੇ ਫਿਰ ਤਾਂ ਜੇ 20 ਬਾਈ ਕਰ ਲਏ 17 ਨੂੰ ਆਪਾਂ ਤੁਹਾਨੂੰ ਇੱਕ ਡੰਗ ਦੀ ਚਵਾਈ ਦਿਖਾ ਸਕਦੇ ਆ ਬਾਕੀ ਜਿਹੜਾ ਕੋਈ ਸੱਜਣਾ ਖਰੀਦਣ ਦਾ ਚਾਹਵਾਨ ਹੋਵੇ ਉਹ ਦੋ ਡੰਗ ਵੀ ਚੋ ਸਕਦੇ ਨੇ ਪਤਾ ਪਹਿਲਾਂ ਮੂਰਲੇ ਥਣ ਚੋਦੇ ਦੋਨੋਂ ਮੂਰਲੇ ਕੱਢ ਦੇ ਮਾਂ ਦੋ ਪਹਿਲਾਂ ਦੋਏ ਮੂਰਲੇ ਥਣਾਂ ਚ ਚੋ ਦੋ ਜੀ ਚੋਤੇ ਜੀ ਮੂਰਲੇ ਥਣ ਆ ਮੂਰਲੇ ਥਣਾਂ ਹੋਣਾ 2.5-3 ਕਿਲੋ ਬਾਈ 3 ਕਿਲੋ ਆ ਬਾਈ 3 ਕਿਲੋ ਦੀ ਗਾੜੀ ਗਾੜੀ ਆ ਮੂਰਲੇ ਥਣਾਂ ਦੀ ਕੰਡੇ ਤੇ ਲਾ ਲਈ ਹਾਂ ਆਪਾਂ ਥੋੜਾ ਕੱਟ ਕੱਟ ਕੇ ਤਾਂ ਵੀਡੀਓ ਬਣਾਉਣੇ ਮਿੱਤਰੋ ਥੋੜਾ ਜਿਹਾ ਲੰਬੀ ਹੋ ਜਾਂਦਾ ਕੰਮ ਨਹੀਂ ਤੁਹਾਨੂੰ ਮੈਂ ਲਾਈਵ ਦਿਖਾਉਂਦਾ ਤਾਂ ਅਲੱਗ ਅਲੱਗ ਹੁੰਦੀ ਹੈ ਨਾ ਲਾਈਵ ਦਾ ਅਗਲਾ ਚੋ ਕੇ ਦੇਖ ਲੈ ਬਾਕੀ ਤੁਸੀਂ ਹਾਂ ਕਿੰਨੀ ਹੋਣਾ ਮੰਗਿਆ ਆਪਾਂ ਨੇ ਕਿਹੜੇ ਇੱਕ ਡੰਗਰ ਵਿੱਚ ਆ ਬਈ ਸਹੀ ਗੱਲ ਆ ਸਹੀ ਗੱਲ ਆ ਸਹੀ ਮੈਂ ਤੇਰੀ ਮੇਰੀ ਮਜਬੂਰੀ ਦੱਸਦੀ ਵੀ ਉਹਦੇ ਕਾਰਨ ਆ ਪਹਿਲੀ ਜੋ ਕੀ ਵੀ ਆਪਣਾ ਦੋ ਦਰ ਕੀ ਉੱਥੇ ਰੜੀਆਂ ਨੇ ਮੇਰੇ ਨਾਨਕੇ ਪਾਣੀ ਦੀ ਮਾਰਨ ਛੱਡੇ ਵੀ ਕੋਲਾ ਕੱਜੇ ਪਿੰਡ ਚ ਵੜ ਗਿਆ ਬਈ ਚਾਂਦਪੁਰਾ ਬੰਨਾ ਆਪਣੇ ਤੋਂ 5 ਕਿਲੋਮੀਟਰ ਹੈ ਠੀਕ ਹੈ ਠੀਕ ਹੈ ਇੱਕ ਸਾਈਡ ਦੀ ਜੀਰੀ ਡੁੱਗੀ ਖੜੀ ਆ ਬਈ ਗੋਦਰੀਆਂ ਵਾਲੇ ਰਾਤੇ ਚੱਲ ਸਦਾਣੀਆਂ ਵਾਲੇ ਰਾਤੇ ਖੜੀ ਆ ਜੀ ਆਪਣੇ ਖੇਤ ਤਾਂ 2 ਕਿੱਲੇ ਚ ਪਾਣੀ ਮਿਲਦਾ ਤਾਂ ਘੱਟੋ ਘੱਟ 10 ਦਿਨ ਲਿਖੜ ਗਿਆ ਤੋਂ ਕਹਿ ਨਹੀਂ ਗਈ ਤੇ ਸਾਰੇ ਸਾਰੇ ਅੱਜ ਇਹ ਜੋ ਹੈ ਜੀ ਇਹ ਤਾਂ ਤਾਂ ਤਰਸੀ ਹੋ ਗਿਆ ਜੀ ਹਾਂ ਬੁੱਤ ਖੱਚ ਲੈ ਕਦਾ ਕਦਾ ਸਵਾਈ ਤਾਂ ਬਹੁਤ ਜ਼ਿਆਦਾ ਮੋਟੀ ਆ ਨਾ ਸਿਰੇ ਦੀ ਆਉਣ ਦੇ ਤਾਂ ਨੂੰ ਬਾਲਟੀ ਹੈ ਜੇ ਕਿਸੇ ਯਾਰ ਦੁੱਧ ਚ ਖਾਉਣ ਵਾਲੇ ਬੰਦੇ ਲਵੇ ਜਾਂਦੀ ਹੈ ਚੰਗੇ ਲਵੇ ਮੈਂ ਕਹਿੰਦਾ ਜੇ ਤਾਕੜੇ ਉਹਦੇ ਪੀ ਲੀਟਰ ਲੈ ਵਾਲੀ ਹੈ ਨਾ 24 ਕਿਲੋ ਦੁੱਧ ਜਗਾ ਦੂਗਾ ਹਾਂ ਉਹ ਜਗਾਉਵੇ ਤਾਂ 23-24 ਕਿਲੋ ਆਮ ਬੰਦੇ ਨੂੰ ਤਾਂ ਯਾਰ ਆਪਾਂ ਨੂੰ ਤਾਂ ਪਤਾ ਨਹੀਂ ਹੁੰਦਾ ਵੀ ਕੀ ਚੀਜ਼ ਪਾਉਣੀ ਆ ਹਨਾ ਜਿਹੜੇ ਦੁੱਧ ਚ ਖਾਉਣ ਵਾਲੇ ਬੰਦੇ ਹੁੰਦੇ ਆ ਨਾ ਉਹ ਜਖਾਉਂਦੇ ਆ ਮੈਂ ਤਾਂ ਉਹ ਲੈਂਦੇ ਆ ਉਤਰਲਾ ਸਿਰਾ
ਸਵੇਰੀ ਕਿੰਨੇ ਵਜੇ ਚੋਣੇ ਰਾਜ ਆਪਾਂ ਬਾਈ 6 ਤੋਂ 6 ਚੱਲਦੇ 6 ਵਜੇ ਮੱਛਰ ਹੁੰਦੇ ਨਾ ਗਾੜੀ ਕੱਟੀ ਚੁੰਗੀ ਜਾਂਦੀ ਹੈ ਗਾੜੀ ਪੂਰੀ ਕੱਟੀ ਦੀ ਕੰਡਾ ਹੈਗਾ ਲਿਆ ਬੱਚੀ ਕੰਡਾ ਚੱਕ ਅਜੇ ਕੰਡਾ ਹੀ ਲਾ ਦਿੰਦੇ ਆ ਬਾਕੀ ਤੁਸੀਂ ਆਪ ਵੀ ਤਸੱਲੀ ਕਰ ਸਕਦੇ ਹੋ ਬਾਈ ਕਹਿੰਦਾ ਕੋਈ ਚੱਕਰ ਹੀ ਨਹੀਂ ਹਾਂ ਕਿੰਨੇ ਕਰੇਗੀ ਥੋੜਾ ਜਿਹਾ ਛੱਡ ਦੇ ਅੱਧਾ ਪੌਣਾ ਕਿਲੋ ਛੱਡ ਦਿੰਦੇ ਆ ਦੋਵਾਂ ਚ ਪਈ ਆ ਛੱਡ ਦੇ ਲਿਆ ਬਈ ਲਾ ਲੈ ਤੁਸੀਂ ਆਪ ਹੀ ਫੜ ਲੂ ਠੀਕ ਹੈ ਜੀ ਨੌ ਕਿਲੋ ਹੀ ਮੰਨ 9.85 ਹੈ ਨਾ ਤੇ ਆ ਥੱਲੇ ਗੰਡਾ ਮਾਰ ਬਾਲਟੀ ਦੇ ਬਾਦਨ ਕੱਲੀ ਕੱਲੀ ਬਾਲਟੀ ਦੇ 892 ਗ੍ਰਾਮ ਦੀ ਖਾਲੀ ਬਾਲਟੀ ਹੈ ਬਾਈ 892 ਗ੍ਰਾਮ 9 ਕਿਲੋ ਚੋਂ ਕੱਢਦੇ ਤੇ ਅੱਧਾ ਪੌਣਾ ਕਿਲੋ ਆਪਾਂ ਨੇ ਕੱਟੀ ਨੂੰ ਛੱਡਦਾ ਉਹ 8.5 ਕਿਲੋ 17 ਕਿਲੋ 17 ਤੋਂ ਤਾਂ ਜ਼ਿਆਦੇ ਹਾਂ 17 ਕਿਲੋ ਮੰਨਾ ਹੁਣ ਦੁੱਧ 17 ਕਿਲੋ ਮੌਕੇ ਤੇ ਰੇੜੀ ਆ ਬਾਕੀ ਤੁਸੀਂ ਦੋ ਡੰਗ ਤਸੱਲੀ ਕਰ ਸਕਦੇ ਹੋ ਉਹ ਗੱਲ ਦਾ ਕੋਈ ਚੱਕਰ ਨਹੀਂ ਠੰਡ ਦਿਖਾ ਤੁਸੀਂ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਉਹ ਦੇਖ ਲਿਆ ਉਹ ਪਰਲੇ ਉਹ ਚ ਮਾਈ ਥੋੜਾ ਜਿਹਾ ਉਹ ਕੱਢ ਯਾਰ ਹੌਲੀ ਕੱਢ ਦੀ ਯਾਰ ਆਹ ਠੰਡ ਦੇਖ ਲਓ ਕੋਈ ਉਹ ਤਾਂ ਫੜ ਲਿਆ ਉਹ ਚੱਕਰ ਚ ਨਾ ਉਰਲੇ ਦਾ ਨੂੰ ਮਾੜੀ ਮੋਟੀ ਉਹੀ ਗੱਲ ਬਾਦੀ ਬੁੱਧੀ ਹੁੰਦੀ ਆ ਮਾਈ ਕਹਿੰਦੀ ਘੱਟ ਦਬਦਾ ਤਾਂ ਕਰਕੇ ਉਹ ਚ ਦੁੱਧ ਰਹਿ ਜਾਂਦਾ ਤੇ ਰਾਜੂ ਫਿਰ ਦੁੱਧ ਦਾ 17 ਕਿਲੋ ਹੈਗਾ ਸੂਆ ਹੋ ਗਿਆ ਕਿੰਨੇ ਦਿਨਾਂ ਦਾ 15 ਦਿਨਾਂ ਦਾ ਹੋ ਗਿਆ ਸੂਆ ਤੇ ਪੈਸੇ ਕਿੰਨੇ ਲਈਏ ਪੈਸੇ ਬਾਈ ਆਪਾਂ ਜਾਇਜ਼ ਰੇਟ ਕਰਾਂਗੇ ਪੈਸੇ ਕਰਾਂਗੇ ਮੌਕੇ ਤੇ ਹੁਣ ਹੀ ਕਰਦੇ ਅੱਧਾ ਅੱਧਾ ਪੌਣਾ ਪੌਣਾ ਕਿਲੋ ਦੁੱਧ ਮੈਂ ਤੈਨੂੰ ਝੂਠ ਨਹੀਂ ਮਾਰਦਾ ਰੇਟ ਤਾਂ ਰੇਟ ਕਰਨ ਨਾਲ ਪਤਾ ਕੀ ਚੀਜ਼ ਆ ਹੁਣ ਤੈਨੂੰ ਜਿਹਨੇ 70,000 ਲਾਉਣਾ ਨੀ ਉਹ ਵੀ ਫੋਨ ਲਾਊਗਾ ਇਹ ਝੋਟੀ ਦਾ ਰੇਟ ਜਿਹੜਾ ਰੇਟ ਪਹਿਲਾਂ ਕਰਿਆ ਦੀ ਉਹ ਤੋਂ ਬਾਹਰ ਨੀ ਹੈਗਾ ਅੱਛਾ ਉਹ ਤੋਂ ਅੰਦਰ ਹੈ ਪਹਿਲਾਂ ਆਪਾਂ ਨੇ ਕਿੰਨੇ ਦੀ ਵੇਚੀ ਦੀ 1.60 ਦੀ ਵੇਚੀ ਦੀ ਤੇ 2,00,000 ਦੀ ਹੋਊਗੀ ਜੀ ਇਹ ਤੈਨੂੰ ਵੀ ਪਤਾ ਹੁਣ ਕਿੰਨੇ ਦੀ ਵੇਚਾਂਗੇ ਪਿਛਲੀ ਵਾਰ ਚੱਲ 1.60 ਦੀ ਵੇਚੀ ਦੀ ਰੇਟ ਆਪਾਂ ਤੈਨੂੰ ਕਹਿੰਦਾ ਫੋਨ ਤੇ ਕਰ ਲਾਂਗੇ ਬਾਈ ਉਹ ਐ ਦੀ ਗੱਲ ਨਹੀਂ ਹੁੰਦੀ ਅਗਲਾ ਨਹੀਂ ਜਿਹੜੇ ਅਗਲਾ ਇਹ ਕੱਟੀ ਵੀ ਦਿੰਦਾ ਹੋਵੇ ਮੋੜ ਕੇ ਤਾਂ ਆਪਾਂ ਕੱਟੀ ਵੀ ਦੇ ਦਾਂਗੇ ਅਗਲੇ ਨਾਲ ਕਰ ਲਾਂਗੇ ਕੱਟੀ ਕਿੰਨੇ ਦੀ ਲੈ ਲੇਗਾ ਮੈਂ ਲੈ ਲੂੰਗਾ ਕੱਟੀ ਬਈ 25,000 ਦੀ 25,000 ਦੀ ਕੱਟੀ ਮੋੜ ਦੇਗਾ ਜਿਹਦੇ ਦੁੱਧ ਚੰਗਾ ਦੇਣ ਦੇ ਅਗਲੇ ਨੂੰ ਹਾਂ 6 ਮਹੀਨੇ 6 ਮਹੀਨਿਆਂ ਦੀ 6 ਮਹੀਨੇ 7 ਮਹੀਨੇ ਜੰਨੇ ਦਿਨ ਦੁੱਧ ਪੀਂਦੀ ਹੈ ਦੇਖਾ ਹਾਂ ਦੁੱਧ ਛੱਡੀ ਜਾਵੇ ਇੱਕ ਥਾਣ ਤੇ ਥੋੜਾ ਦਾਣੇ ਦੂਣੇ ਤੇ ਗਜਾ ਲੇ ਹਾਂ ਤੇ ਆਪਾਂ ਕੱਟੀ ਮੋੜ ਲੈ 25,000 ਦੀ 25,000 ਦੀ ਕੱਟੀ ਮੋੜ ਕੇ ਲੈ ਲਾਂਗੇ ਮਾਜੀ ਯਾਰ ਦਾ ਮੇਰੇ ਕਹੇ ਤਾਂ ਦੱਸ ਦੇ ਹੋਰ ਕੋਈ ਚੱਕਰ ਨਹੀਂ ਵੀਡੀਓ ਚ ਵੀਡੀਓ ਮੈਨੂੰ ਪਤਾ ਹੈ ਲੋਕਾਂ ਨੂੰ ਪਤਾ ਫੌਜੀ ਕੀ ਉਹ ਅਗਲਾ ਪਤਾ ਹੈ ਰੇਟ ਨਹੀਂ ਐ ਨਹੀਂ ਅਗਲਾ ਕਮੈਂਟ ਕਹੀ ਜਾਂਦਾ 60 ਲਊਗਾ ਬਸ 1,60,000 1,60,000 ਮੁੱਲ ਆ ਬਾਈ ਮਿੱਤਰੋ ਕੱਟੀ ਲੈ ਦਾਂਗੇ ਕਹਿੰਦਾ ਪਾਲ ਕੇ 25,000 ਦੀ ਪਾਲ ਕੇ ਕੀ ਬਸ ਜਦੋਂ ਦੁੱਧ ਟਲ ਗਈ ਉਦੋਂ ਹਾਂ ਤੇ ਹੁਣ ਦੁੱਧ ਮੌਕੇ ਤੇ 17 ਕਿਲੋ ਤਿਆਰੀ ਦਾ ਬਾਕੀ ਤੁਸੀਂ ਤਸੱਲੀ ਵੀ ਕਰ ਸਕਦੇ ਹੋ ਕਿਉਂ ਹਾਂ ਨਿਕਲੂਗਾ ਵੀ ਉਹ ਵੀ 17 ਤੋਂ ਤਾਂ ਜ਼ਿਆਦਾ 18 ਕਿਲੋ ਦੇ ਲੱਗ 17 ਹੀ ਕਹਿ ਕੇ 17 ਕਹਦੇ ਆ ਹਾਂ ਕਿਉਂ ਚੀਜ਼ ਉਹ ਹੁੰਦੀ ਆ ਜਿਹੜੀ ਕੋਈ ਗੱਲ ਨਹੀਂ ਅਗਲੇ ਨੂੰ 19-21 ਉਹਦਾ ਕਹਾਣਾ ਕਹਿਣਾ ਨਾ ਪਵੇ ਹੈ ਨਾ ਲੈ ਹੁਣ ਤੁਹਾਨੂੰ ਖਾਲੀ ਮੈਂ ਵੀ ਦਿਖਾ ਦਿੰਦੇ ਪਿੱਛੋਂ ਆਹ ਦੇਖ ਲਓ ਥੋੜਾ ਜਿਹਾ ਟੀਕਾ ਬਿਮਾਰ ਹੋ ਗਈ ਨਾ ਟੀਕੇ ਕਾਰਨ ਉਹ ਕਰਦੀ ਡਰਦੀ ਹੈ ਥੋੜਾ ਕੋਈ ਚੱਕਰ ਨਹੀਂ ਆਉਂਦਾ ਡਾਕਟਰਾਂ ਤੈਨੂੰ ਪਤਾ ਹਾਂ ਐਂ ਦੀ ਡਰਨ ਦੀ ਕੋਈ ਗੱਲ ਨਹੀਂ ਨਾ ਨਾ ਉਹ ਯਾਰ ਤੂੰ ਬਾਕੀ ਤਿਆਰੀ ਪਿਛਲੀ ਵਾਰੀ ਨੂੰ ਲੇਵੇ ਨਾ ਤੂੰ ਥੱਲੇ ਬੈਠ ਕੇ ਦੇਖ ਲਾ ਕੇ ਤੈਨੂੰ ਐ ਹੋ ਜਾਂਦੇ ਵੀ ਉੱਪਰ ਨਹੀਂ ਨਹੀਂ ਕੋਈ ਚੱਕਰ ਨਹੀਂ ਆਇਆ ਮੈਨੂੰ ਪਤੀ ਆਉਣਾ ਆਪਾਂ ਪਿਛਲੀ ਵਾਰ ਨਹੀਂ ਚਵਾਈ ਯਾਰ ਮੈਂ ਹੀ ਜੋਈ ਆ ਪਿਛਲੀ ਵਾਰੀ ਹਾਂ ਇਹ ਆਗੇ ਨੂੰ ਐ ਹੋ ਜਾਂਦਾ ਵੀ ਉਹ ਹੈ ਹਾਂ ਅੱਛਾ 107 ਬੁਖਾਰ ਦੀ ਵੀਰੇ ਠੀਕ ਹੈ 3 ਦਿਨ ਮੈਨੂੰ ਪਤਾ ਮੈਂ ਸਦੂ ਜਾਨ ਮੂਕੀ ਜਿਵੇਂ ਕਿਤੇ ਜੇ ਮੈਂ ਇਸ ਨੂੰ ਪੁੱਛੋਗਾ ਉਹ ਕਰੇ
ਰਾਤ ਨੂੰ ਉੱਠ ਉੱਠ ਕੇ ਬਰਫ਼ ਰਗੜਦੇ ਤੇ ਮੱਥੇ ਹਾਂ ਹਾਂ ਨਹੀਂ ਐਂ ਤਾਂ ਦੇਖੋ ਹੁਣ ਜੇ ਧਾਰ ਕੱਢਣ ਸਾਰ ਪੱਠੇ ਖਾਣ ਲੱਗ ਗਈ ਪਸ਼ੂ ਤਾਂ ਸਾਰੇ ਪਾਸੇ ਓਕੇ ਆ ਉਹੀ ਗੱਲ ਆ ਹੈ ਨਾ ਤੇ ਹੁਣ ਵਧੀਆ ਤੰਦਰੁਸਤ ਹੈ ਹੁਣ ਦੁੱਧ ਮੌਕੇ ਤੇ 17 ਕਿਲੋ ਲੈ ਰਹੀ ਆ ਤੇ ਡਰੈਸ ਤੇ ਨੰਬਰ ਬੋਲ ਬਾਈ ਰਾਜੂ ਨੰਬਰ ਵੀਰੇ 70823 95 38 ਦੁਬਾਰਾ ਫੇਰ ਬੋਲ ਦੇ 70823 95 38 ਵੀਰੇ ਪਿੰਡ ਕਾਨਗੜ ਜ਼ਿਲ੍ਹਾ ਮਾਨਸਾ ਤਹਿਸੀਲ ਬਲਾਡਾ ਬਰੇਟਿਆਂ ਦੇ ਲਾਗੇ ਪੈ ਜਾਂਦਾ ਬਰੇਟਿਆਂ ਦੇ ਲਾਗੇ ਪੈ ਜਾਂਦਾ ਏਦੂ ਬਾਅਦ ਹੋਏ ਨੇ ਮਿੱਤਰ ਹਰਿਆਣਾ ਸ਼ੁਰੂ ਹਰਿਆਣਾ ਵੀ ਉਹ ਸ਼ੁਰੂ ਜਿਹੜਾ ਤੁਸੀਂ ਚਾਂਦਪੁਰਾ ਬੰਨ ਤੁਸੀਂ ਅਕਸਰ ਖਬਰਾਂ 'ਚ ਸੁਣਦੇ ਰਹਿੰਦੇ ਹੋਣੇ ਕਿਲੋਮੀਟਰ ਦੂਰ ਹੈ ਵੀਰੇ ਹਾਂ ਚਾਂਦਪੁਰੇ ਬੰਨ ਦੇ ਨੇੜੇ ਆ ਇਹ ਪਿੰਡ ਤੇ ਬਾਈ ਦੀ ਵੀ ਝੋਨਾ ਥੋੜਾ ਡੁੱਬਿਆ ਠੀਕ ਹੈ ਬਾਈ ਰਾਜੂ ਫਿਰ ਹੈ ਓਕੇ ਵੀਰੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਿਓ ਜ਼ਿਆਦਾ ਜ਼ਿਆਦਾ ਸ਼ੇਅਰ ਕਰਿਓ ਵੀਰ ਬਣ ਕੇ ਓਕੇ ਜੀ ਧੰਨਵਾਦ ਮਿਹਨਤ ਕਰਦਾ ਹੁੰਦਾ ਬਾਈ ਠੀਕ ਹੈ